बनवारी लाल पुरोहित वालों पंजाब दे राजपाल अहुदे तो अस्तीफा देण मगरों नवें गवर्नर दे नाम नूं लैके कई तरह दीआं चर्चावां ने जोर फड़िया होया। जिथे राजपाल दा वाधू चार्ज हरियाणा दे राजपाल भंडारू दत्तात्रेय नूं देण दी गल सामने आ रही सी, उत्थे ही हुण इह कहा जा रहा है कि किरण बेदी नूं पंजाब दा राजपाल लगाया जा सकदा है। ਇਹ ਚਰਚਾ ਭਾਜਪਾ ਦੇ ਬੁਲਾਰੇ ਇੱਕ ਟਵੀਟ ਤੋਂ ਬਾਅਦ ਸ਼ੁਰੂ ਹੋਈ, ਜਿਸ ਵਿੱਚ ਉਹਨਾਂ ਕਿਰਨ ਬੇਦੀ ਨੂੰ ਪੰਜਾਬ ਦਾ ਅਗਲਾ ਗਵਰਨਰ ਦੱਸਿਆ ਸੀ। ਹਾਲਾਂਕਿ ਬਾਅਦ ਵਿੱਚ ਉਹਨਾਂ ਨੇ ਇਸ ਪੋਸਟ ਨੂੰ ਡਿਲੀਟ ਕਰ ਦਿੱਤਾ। ਆਓ ਵੇਖਦੇ ਹਾਂ ਕੀ ਆ ਪੂਰਾ ਮਾਮਲਾ। ਪੰਜਾਬ ਭਾਜਪਾ ਦੇ ਬੁਲਾਰੇ ਡਾਕਟਰ ਕਮਲ ਸੋਈ ਵੱਲੋਂ ਦਾਅਵਾ ਕੀਤਾ ਗਿਆ ਕਿ ਪਹਿਲੀ ਮਹਿਲਾ IPS ਕਿਰਨ ਬੇਦੀ ਪੰਜਾਬ ਦੀ ਅਗਲੀ ਰਾਜਪਾਲ ਹੋਵੇਗੀ। ਡਾਕਟਰ ਸੋਈ ਨੇ ਇਸ ਸੰਬੰਧੀ ਸੋਸ਼ਲ ਮੀਡੀਆ ਐਕਸ 'ਤੇ ਪੋਸਟ ਸਾਂਝੀ ਕਰਦਿਆਂ ਇਹ ਜਾਣਕਾਰੀ ਦਿੱਤੀ, ਪਰ ਜਦੋਂ ਉਹਨਾਂ ਦੀ ਇਸ ਪੋਸਟ ਨੂੰ ਲੈ ਕੇ ਚਰਚਾ ਤੇਜ਼ ਹੋਈ ਤਾਂ ਉਹਨਾਂ ਨੇ ਇਹ ਪੋਸਟ ਡਿਲੀਟ ਕਰ ਦਿੱਤੀ। ਇਸ ਸੰਬੰਧੀ ਇੱਕ ਮੀਡੀਆ ਅਦਾਰੇ ਨਾਲ ਗੱਲਬਾਤ ਕਰਦਿਆਂ ਡਾਕਟਰ ਸੋਈ ਨੇ ਇਹ ਵੀ ਆਖਿਆ ਕਿ ਕਿਰਨ ਬੇਦੀ ਦੇ ਪੰਜਾਬ ਦਾ ਰਾਜਪਾਲ ਬਣਨ ਨਾਲ ਪੰਜਾਬ ਦੇ ਹਾਲਾਤ ਕਾਫ਼ੀ ਬਦਲਣਗੇ। ਅੰਮ੍ਰਿਤਸਰ ਵਿੱਚ ਜਨਮੀ ਕਿਰਨ ਬੇਦੀ ਪੰਜਾਬ ਨੂੰ ਚੰਗੀ ਤਰ੍ਹਾਂ ਜਾਣਦੇ। ਬਨਵਾਰੀ ਲਾਲ ਪੁਰੋਹਿਤ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਚਲੇ 36 ਦਾ ਅੰਕੜਾ ਸੀ। ਦੋਵੇਂ ਇੱਕ ਦੂਜੇ ਵਿਰੁੱਧ ਬਿਆਨ ਦਿੰਦੇ ਰਹਿੰਦੇ ਸੀ। ਇੱਕ ਵਾਰ ਤਾਂ ਰਾਜਪਾਲ ਅਤੇ ਮੁੱਖ ਮੰਤਰੀ ਵਿਚਾਲੇ ਵਿਵਾਦ ਪੂਰੇ ਸ਼ਿਖਰਾਂ 'ਤੇ ਪਹੁੰਚ ਗਿਆ ਸੀ, ਭਾਵੇਂ ਕਿ ਬਨਵਾਰੀ ਲਾਲ ਪੁਰੋਹਿਤ ਵੱਲੋਂ ਇਹ ਆਖਿਆ ਜਾਂਦਾ ਸੀ ਕਿ ਉਹ ਸੰਵਿਧਾਨਿਕ ਅਹੁਦੇ 'ਤੇ ਬੈਠੇ ਨੇ ਅਤੇ ਪੰਜਾਬ ਦੇ ਰਾਜਪਾਲ, ਜਿਸ ਕਰਕੇ ਮੁੱਖ ਮੰਤਰੀ ਨੂੰ ਉਹਨਾਂ ਦੇ ਹਰ ਸਵਾਲ ਦਾ ਜਵਾਬ ਦੇਣਾ ਪਵੇਗਾ। ਪਰ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਬਿਆਨਾਂ ਵਿੱਚ ਆਖਦੇ ਸੀ ਕਿ ਉਹ ਪੰਜਾਬ ਦੀ 3 ਕਰੋੜ ਜਨਤਾ ਨੂੰ ਜਵਾਬ ਦੇ ਨੇ, ਸਰਕਾਰ ਵੱਲੋਂ ਸਿਲੈਕਟ ਕਿਸੇ ਨੁਮਾਇੰਦੇ ਅੱਗੇ ਨਹੀਂ। ਖੈਰ, ਹੁਣ ਜਦੋਂ ਬਨਵਾਰੀ ਲਾਲ ਪੁਰੋਹਿਤ ਨੇ ਰਾਜਪਾਲ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤਾਂ ਅਜਿਹੇ ਸਮੇਂ ਤੇਜ਼ ਤਰਾਰ ਅਫਸਰ ਰਹੀ ਕਿਰਨ ਬੇਦੀ ਦਾ ਨਾਮ ਪੰਜਾਬ ਦੇ ਰਾਜਪਾਲ ਵਜੋਂ ਸਾਹਮਣੇ ਆ ਰਿਹਾ। ਕੁਝ ਲੋਕ ਤਾਂ ਇਹ ਵੀ ਆਖ ਰਹੇ ਨੇ ਕਿ ਜੇਕਰ ਕਿਰਨ ਬੇਦੀ ਪੰਜਾਬ ਦੀ ਰਾਜਪਾਲ ਨਿਯੁਕਤ ਹੋ ਗਈ ਤਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਵਿਚਾਲੇ ਫਿਰ ਤੋਂ ਤਲਖੀ ਦੀਆਂ ਖਬਰਾਂ ਸੁਣਨ ਨੂੰ ਮਿਲ ਸਕਦੀਆਂ। ਦੱਸ ਦਈਏ ਕਿ ਕਿਰਨ ਬੇਦੀ ਦਾ ਜਨਮ 6 ਜੂਨ 1949 ਨੂੰ ਪੰਜਾਬ ਦੇ ਅੰਮ੍ਰਿਤਸਰ ਵਿੱਚ ਹੋਇਆ ਸੀ। ਉਹ ਇੱਕ ਸਾਬਕਾ ਟੈਨਿਸ ਖਿਡਾਰੀ ਰਹੇ ਹੈ। 1966 ਵਿੱਚ ਬੇਦੀ ਨੇ ਨੈਸ਼ਨਲ ਜੂਨੀਅਰ ਟੈਨਿਸ ਚੈਂਪੀਅਨਸ਼ਿਪ ਜਿੱਤੀ ਸੀ। 1965 ਤੋਂ 1978 ਤੱਕ ਉਹਨਾਂ ਨੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲੇ ਜਿੱਤੇ। ਫਿਰ 1972 ਵਿੱਚ IPS ਜੁਆਇਨ ਕਰਨ ਵਾਲੀ ਉਹ ਪਹਿਲੀ ਮਹਿਲਾ ਸੀ। IPS ਅਧਿਕਾਰੀ ਦੇ ਤੌਰ 'ਤੇ ਉਹ ਦਿੱਲੀ, ਗੋਆ, ਚੰਡੀਗੜ੍ਹ ਅਤੇ ਮਿਜ਼ੋਰਮ ਵਿੱਚ ਆਪਣੀਆਂ ਸੇਵਾਵਾਂ ਦੇ ਚੁੱਕੀ ਹੈ ਅਤੇ ਪੌਂਡੀਚਰੀ ਦੇ ਰਾਜਪਾਲ ਵੀ ਰਹਿ ਚੁੱਕੀ ਹੈ। ਬਿਊਰੋ ਰਿਪੋਰਟ, ਹਮਦਰਦ ਜੀ।